ਬਰਨਾਲਾ 'ਚ ਕਿਸਾਨ ਤੇ ਵਪਾਰੀ ਆਮੋ ਸਾਹਮਣੇ ਹੋਏ ਨੇ। ਝੜਪ ਦੌਰਾਨ ਡਾਂਗਾ ਚੱਲੀਆਂ, ਗੰਨੇ ਇੱਕ ਦੂਜੇ ਦੇ ਮਾਰੇ ਗਏ। ਇਮੀਗ੍ਰੇਸ਼ਨ ਦੇ ਵਿਵਾਦ ਨੂੰ ਲੈ ਕੇ ਦੋਵਾਂ ਤਰ੍ਹਾਂ 'ਚ ਇਹ ਲੜਾਈ ਹੋਈ ਹੈ। ਵਿਦੇਸ਼ ਭੇਜਣ ਦੇ ਨਾਂ 'ਤੇ ਨੌਜਵਾਨਾਂ ਦੇ ਨਾਲ ਠੱਗੀ ਦਾ ਇਲਜ਼ਾਮ ਲੱਗਿਆ ਇਹ ਨਾਂ ਇਮੀਗ੍ਰੇਸ਼ਨ ਦੇ ਵਪਾਰੀਆਂ 'ਤੇ। ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਤਕਰਾਰ ਹੋਈ ਹੈ। ਕਿਸਾਨਾਂ ਨੇ ਇਮੀਗ੍ਰੇਸ਼ਨ ਵਾਲੇ ਦੀ ਦੁਕਾਨ ਬਾਹਰ ਧਰਨਾ ਦਿੱਤਾ ਸੀ, ਵਪਾਰੀ ਵੀ ਇਕੱਠੇ ਹੋ ਗਏ, ਕਿਸਾਨਾਂ ਦਾ ਕਰਨ ਲੱਗੇ ਵਿਰੋਧ। ਦੋਵੇਂ ਧਿਰਾਂ ਦੀ ਤਕਰਾਰ ਤੋਂ ਬਾਅਦ ਡਾਂਗਾ ਚੱਲੀਆਂ ਅਤੇ ਮੌਕੇ 'ਤੇ ਖੜ੍ਹੀ ਪੁਲਿਸ ਮੂਕ ਦਰਸ਼ਕ ਰਹਿ ਗਈ, ਕਿਉਂਕਿ ਦੇਖ ਸਕਦੇ ਹੋ ਕਿ ਡਾਂਗ ਕਿਸਾਨ ਦੇ ਵੱਲੋਂ ਵਪਾਰੀ ਦੇ ਮਾਰੀ ਗਈ ਤਾਂ ਵਪਾਰੀਆਂ ਦੇ ਵੱਲੋਂ ਵੀ ਕਿਸਾਨ ਦੀ ਡਾਂਗ ਫੜ ਕੇ ਉਸਨੂੰ ਢਾਲਿਆ ਗਿਆ। ਦੇਖ ਹੀ ਸਕਦੇ ਹੋ ਕਿਹੜਾ ਤਮਾਸ਼ਾ ਹੋਇਆ ਹੈ। ਬਰਨਾਲਾ ਦੀਆਂ ਇਹ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇਮੀਗ੍ਰੇਸ਼ਨ ਵਾਲੇ ਅਤੇ ਕਿਸਾਨ ਆਹਮੋ ਸਾਹਮਣੇ ਹੋਏ ਨੇ। ਬਰਨਾਲਾ 'ਚ ਕਿਸਾਨ ਤੇ ਵਪਾਰੀ ਆਹਮੋ ਸਾਹਮਣੇ ਹੋਏ ਨੇ। ਝੜਪ ਦੌਰਾਨ ਡਾਂਗਾ ਚੱਲੀਆਂ, ਗੰਨੇ ਇੱਕ ਦੂਜੇ ਦੇ ਮਾਰੇ ਗਏ। ਇਮੀਗ੍ਰੇਸ਼ਨ ਦੇ ਵਿਵਾਦ ਨੂੰ ਲੈ ਕੇ ਦੋਵਾਂ ਤਰ੍ਹਾਂ 'ਚ ਇਹ ਲੜਾਈ ਹੋਈ ਹੈ। ਵਿਦੇਸ਼ ਭੇਜਣ ਦੇ ਨਾਂ 'ਤੇ ਨੌਜਵਾਨਾਂ ਦੇ ਨਾਲ ਠੱਗੀ ਦਾ ਇਲਜ਼ਾਮ ਲੱਗਿਆ ਇਹ ਨਾਂ ਇਮੀਗ੍ਰੇਸ਼ਨ ਦੇ ਵਪਾਰੀਆਂ 'ਤੇ। ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਤਕਰਾਰ ਹੋਈ ਹੈ। ਕਿਸਾਨਾਂ ਨੇ ਇਮੀਗ੍ਰੇਸ਼ਨ ਵਾਲੇ ਦੀ ਦੁਕਾਨ ਬਾਹਰ ਧਰਨਾ ਦਿੱਤਾ ਸੀ, ਵਪਾਰੀ ਵੀ ਇਕੱਠੇ ਹੋ ਗਏ, ਕਿਸਾਨਾਂ ਦਾ ਕਰਨ ਲੱਗੇ ਵਿਰੋਧ। ਦੋਵੇਂ ਧਿਰਾਂ ਦੀ ਤਕਰਾਰ ਤੋਂ ਬਾਅਦ ਡਾਂਗਾ ਚੱਲੀਆਂ ਅਤੇ ਮੌਕੇ 'ਤੇ ਖੜ੍ਹੀ ਪੁਲਿਸ ਮੂਕ ਦਰਸ਼ਕ ਰਹਿ ਗਈ, ਕਿਉਂਕਿ ਦੇਖ ਸਕਦੇ ਹੋ ਕਿ ਡਾਂਗ ਕਿਸਾਨ ਦੇ ਵੱਲੋਂ ਵਪਾਰੀ ਦੇ ਮਾਰੀ ਗਈ ਤਾਂ ਵਪਾਰੀਆਂ ਦੇ ਵੱਲੋਂ ਵੀ ਕਿਸਾਨ ਦੀ ਡਾਂਗ ਫੜ ਕੇ ਉਸਨੂੰ ਢਾਲਿਆ ਗਿਆ। ਦੇਖ ਹੀ ਸਕਦੇ ਹੋ ਕਿਹੜਾ ਤਮਾਸ਼ਾ ਹੋਇਆ ਹੈ। ਬਰਨਾਲਾ ਦੀਆਂ ਇਹ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇਮੀਗ੍ਰੇਸ਼ਨ ਵਾਲੇ ਅਤੇ ਕਿਸਾਨ ਆਹਮੋ ਸਾਹਮਣੇ ਹੋਏ ਨੇ। ਬਰਨਾਲਾ 'ਚ ਕਿਸਾਨ ਤੇ ਵਪਾਰੀ ਆਹਮੋ ਸਾਹਮਣੇ ਹੋਏ ਨੇ। ਝੜਪ ਦੌਰਾਨ ਡਾਂਗਾ ਚੱਲੀਆਂ, ਗੰਨੇ ਇੱਕ ਦੂਜੇ ਦੇ ਮਾਰੇ ਗਏ। ਇਮੀਗ੍ਰੇਸ਼ਨ ਦੇ ਵਿਵਾਦ ਨੂੰ ਲੈ ਕੇ ਦੋਵਾਂ ਤਰ੍ਹਾਂ 'ਚ ਇਹ ਲੜਾਈ ਹੋਈ ਹੈ। ਵਿਦੇਸ਼ ਭੇਜਣ ਦੇ ਨਾਂ 'ਤੇ ਨੌਜਵਾਨਾਂ ਦੇ ਨਾਲ ਠੱਗੀ ਦਾ ਇਲਜ਼ਾਮ ਲੱਗਿਆ ਇਹ ਨਾਂ ਇਮੀਗ੍ਰੇਸ਼ਨ ਦੇ ਵਪਾਰੀਆਂ 'ਤੇ। ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਤਕਰਾਰ ਹੋਈ ਹੈ। ਕਿਸਾਨਾਂ ਨੇ ਇਮੀਗ੍ਰੇਸ਼ਨ ਵਾਲੇ ਦੀ ਦੁਕਾਨ ਬਾਹਰ ਧਰਨਾ ਦਿੱਤਾ ਸੀ, ਵਪਾਰੀ ਵੀ ਇਕੱਠੇ ਹੋ ਗਏ, ਕਿਸਾਨਾਂ ਦਾ ਕਰਨ ਲੱਗੇ ਵਿਰੋਧ। ਦੋਵੇਂ ਧਿਰਾਂ ਦੀ ਤਕਰਾਰ ਤੋਂ ਬਾਅਦ ਡਾਂਗਾ ਚੱਲੀਆਂ ਅਤੇ ਮੌਕੇ 'ਤੇ ਖੜ੍ਹੀ ਪੁਲਿਸ ਮੂਕ ਦਰਸ਼ਕ ਰਹਿ ਗਈ, ਕਿਉਂਕਿ ਦੇਖ ਸਕਦੇ ਹੋ ਕਿ ਡਾਂਗ ਕਿਸਾਨ ਦੇ ਵੱਲੋਂ ਵਪਾਰੀ ਦੇ ਮਾਰੀ ਗਈ ਤਾਂ ਵਪਾਰੀਆਂ ਦੇ ਵੱਲੋਂ ਵੀ ਕਿਸਾਨ ਦੀ ਡਾਂਗ ਫੜ ਕੇ ਉਸਨੂੰ ਢਾਲਿਆ ਗਿਆ। ਦੇਖ ਹੀ ਸਕਦੇ ਹੋ ਕਿਹੜਾ ਤਮਾਸ਼ਾ ਹੋਇਆ ਹੈ। ਬਰਨਾਲਾ ਦੀਆਂ ਇਹ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇਮੀਗ੍ਰੇਸ਼ਨ ਵਾਲੇ ਅਤੇ ਕਿਸਾਨ ਆਹਮੋ ਸਾਹਮਣੇ ਹੋਏ ਨੇ।